ਸਾਡੀਆਂ ਦੋ ਈਦਾਂ ਹੁੰਦੀਆਂ ਨੇ, ਇੱਕ ਈਦ ਉਲ ਫਿਤਰ ਅਤੇ ਈਦ ਉਲ ਅਜ਼ਹਾ। ਜਿਹੜਾ ਇਹ ਤਿਉਹਾਰ ਸਭ ਤੋਂ ਵੱਧ ਮੇਨ ਮੰਨਿਆ ਜਾਂਦਾ ਕਿਉਂਕਿ ਇਸ ਦੇ ਵਿੱਚ ਜਿਹੜੇ ਅਸੀਂ 30 ਰੋਜ਼ੇ ਰੱਖਦੇ ਹਾਂ ਕਿ ਅਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਿਲਕੁਲ ਹੀ ਸਿਰਫ 5-7 ਬੰਦਿਆਂ ਨੇ ਜਿਹੜੀ ਈਦ ਉਲ ਫਿਤਰ ਦੀ ਨਮਾਜ਼ ਹੈ ਉਹ ਪੜ੍ਹੀ ਗਈ ਹੈ। ਸਰਕਾਰ ਦੀ ਗਾਈਡਲਾਈਨ ਨੂੰ ਦੇਖਦੇ ਹੋਏ ਅਤੇ ਇੱਕ ਮਹਾਂਮਾਰੀ ਅੱਗੇ ਨਾ ਵਧੇ ਇਸ ਨੂੰ ਦੇਖਦੇ ਹੋਏ ਬਹੁਤ ਹੀ ਘੱਟ ਕੀਤਾ ਈਦਗਾਹ ਦੇ ਵਿੱਚ, ਔਰ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਕਿਹਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਨਮਾਜ਼ ਅਦਾ ਕਰੋ। ਐਸੇ ਮੇਂ ਸਰਕਾਰੋਂ ਕੀ ਕਿਆ ਜ਼ਿੰਮੇਦਾਰੀ ਹੈ, ਸਰਕਾਰਾਂ ਖੁਦ ਸਮਝੇ। ਹਮਾਰੀ ਜੋ ਜ਼ਿੰਮੇਦਾਰੀ ਹੈ ਉਹ ਇਹ ਬਣਤੀ ਹੈ ਕਿ ਹਮ ਆਪਣਾ ਆਪਣੇ ਘਰ ਵਾਲੋਂ ਕਾ ਆਪਣੇ ਆਸ ਪਾਸ ਪੜੋਸ ਵਾਲੋਂ ਕਾ ਸਭ ਕਾ ਖਿਆਲ ਰੱਖੇ। ਅੱਜ ਪੂਰੀ ਦੁਨੀਆ ਦੇ ਵਿੱਚ ਈਦ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ। ਸੰਗਰੂਰ ਦੀ ਈਦਗਾਹ ਦੇ ਵਿੱਚ ਵੀ ਮੁਸਲਮਾਨ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਮਨਾਇਆ ਗਿਆ, ਪਰ ਸਰਕਾਰ ਵੱਲੋਂ ਉਹਨਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਜ਼ਿਆਦਾ ਇਕੱਠ ਹੈ ਜੋ ਈਦਗਾਹਾਂ ਦੇ ਵਿੱਚ ਨਹੀਂ ਕਰਨਾ, ਜੋ ਈਦ ਹੈ ਨਮਾਜ਼ ਹੈ ਉਹ ਆਪਣੇ ਘਰਾਂ ਦੇ ਵਿੱਚ ਹੀ ਮਨਾਈ ਜਾਵੇ, ਅਦਾ ਕੀਤੀ ਜਾਵੇ, ਉਸ ਨੂੰ ਮੁਸਲਮਾਨ ਭਾਈਚਾਰੇ ਵੱਲੋਂ ਮੰਨਿਆ ਗਿਆ ਅਤੇ ਜੋ ਈਦਗਾਹਾਂ ਦੇ ਵਿੱਚ ਇਕੱਠ ਨਹੀਂ ਕੀਤਾ ਗਿਆ। ਤੁਸੀਂ ਦੇਖਦੇ ਸੰਗਰੂਰ ਦੇ ਵਿੱਚ ਵੀ ਈਦਗਾਹ ਦੇ ਵਿੱਚ ਵੀ ਮੁਸਲਮਾਨ ਭਾਈਚਾਰੇ ਵੱਲੋਂ ਈਦ ਮਨਾਈ ਜਾ ਰਹੀ ਹੈ, ਪਰ 5-4 ਬੰਦਿਆਂ ਦੇ ਨਾਲ ਹੀ ਇਕੱਠੇ ਹੋ ਕੇ ਇਹਨਾਂ ਵੱਲੋਂ ਜੋ ਈਦ ਹੈ ਉਹ ਮਨਾਈ ਜਾ ਰਹੀ ਹੈ। ਅਤੇ ਦੇਖ ਲਓ ਤੁਸੀਂ ਕਿ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਿਆ ਗਿਆ। ਸਰਕਾਰ ਦੀਆਂ ਹਦਾਇਤਾਂ ਸੀ ਕਿ ਜੋ ਕਰੋਨਾ ਵਾਇਰਸ ਮਹਾਂਮਾਰੀ ਚੱਲ ਰਹੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਆਦਾ ਇਕੱਠ ਨਾ ਕਰੋ ਅਤੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖੋ। ਜਿਸ ਨੇ ਵੀ ਨਮਾਜ਼ ਅਦਾ ਕਰਨੀ ਉਹ ਆਪਣੇ ਘਰਾਂ ਦੇ ਵਿੱਚ ਹੀ ਕਰੋ ਅਤੇ ਈਦ ਮਨਾਉਣੀ ਆਪਣੇ ਘਰਾਂ ਦੇ ਵਿੱਚ ਹੀ ਮਨਾਓ। ਤੁਸੀਂ ਜੇਕਰ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਸੀ ਕਿਉਂਕਿ ਜੋ ਤਿਉਹਾਰ ਆ ਉਸ ਨੂੰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਸੀ ਇੱਕ ਦੂਜੇ ਦੇ ਨਾਲ ਰਲ ਕੇ, ਪਰ ਇਸ ਵਾਰੀ ਜੋ ਤਿਉਹਾਰ ਆ ਉਹ ਫਿੱਕਾ ਨਜ਼ਰ ਆ ਰਿਹਾ। ਸਾਡੇ ਨਾਲ ਕੁਝ ਲੋਕ ਨੇ ਨਾ ਗੱਲ ਕਰਦੇ ਹਾਂ, ਕੀ ਨਾਮ ਹੈ ਜੀ? ਸਫੀ ਮੁਹੰਮਦ ਜੀ। ਸਫੀ ਜੀ, ਅੱਜ ਈਦ ਦਾ ਤਿਉਹਾਰ ਹੈ, ਇਕੱਠ ਨਹੀਂ ਹੋਇਆ, ਆਪਸੀ ਭਾਈਚਾਰੇ ਦੀ ਸਾਂਝ ਨਹੀਂ ਬਣੀ, ਕੀ ਕਹਿਣਾ? ਦੇਖੋ ਜੀ, ਜਿਹੜਾ ਇਹ ਈਦ ਉਲ ਫਿਤਰ ਦਾ ਤਿਉਹਾਰ ਹੈ, ਸਾਡੀਆਂ ਦੋ ਈਦਾਂ ਹੁੰਦੀਆਂ ਨੇ, ਇੱਕ ਈਦ ਉਲ ਫਿਤਰ ਅਤੇ ਈਦ ਉਲ ਅਜ਼ਹਾ। ਜਿਹੜਾ ਇਹ ਤਿਉਹਾਰ ਸਭ ਤੋਂ ਵੱਧ ਮੇਨ ਮੰਨਿਆ ਜਾਂਦਾ ਕਿਉਂਕਿ ਇਸ ਦੇ ਵਿੱਚ ਜਿਹੜੇ ਅਸੀਂ 30 ਰੋਜ਼ੇ ਰੱਖਦੇ ਹਾਂ, ਔਰ ਰੋਜ਼ੇ ਰੱਖਣ ਤੋਂ ਬਾਅਦ ਫਿਰ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਜਾਂਦਾ। ਪਰ ਇਸ ਸਾਲ ਜੇ ਮੈਂ ਗੱਲ ਕਰਾਂ, ਬੜਾ ਹੀ ਮਨ ਦੇ ਵਿੱਚ ਅਫਸੋਸ ਹੈ ਕਿ ਜਿਹੜੀ ਇਹ ਕਰੋਨਾ ਮਹਾਂਮਾਰੀ ਚੱਲ ਰਹੀ ਹੈ, ਠੀਕ ਹੈ ਜੀ, ਸਰਕਾਰ ਦੀਆਂ ਵੀ ਹਦਾਇਤਾਂ ਸੀਗੀਆਂ ਔਰ ਆਪਾਂ ਨੂੰ ਖੁਦ ਨੂੰ ਵੀ ਪਤਾ ਕਿ ਇਹ ਜਿਹੜੀ ਬੜੇ ਹੀ ਬੜੇ ਪੱਧਰ ਦੇ ਉੱਤੇ ਫੈਲ ਰਹੀ ਹੈ, ਕਿ ਅਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਿਲਕੁਲ ਹੀ ਸਿਰਫ 5-7 ਬੰਦਿਆਂ ਨੇ ਜਿਹੜੀ ਈਦ ਉਲ ਫਿਤਰ ਦੀ ਨਮਾਜ਼ ਹੈ ਉਹ ਪੜ੍ਹੀ ਗਈ ਹੈ, ਔਰ ਰੱਬ ਤੋਂ ਪੜ੍ਹ ਕੇ ਦੁਆ ਕੀਤੀ ਹੈ ਕਿ ਪਰਮਾਤਮਾ ਇਸ ਰੋਜ਼ਿਆਂ ਦੀ ਮਹਾਂਮਾਰਕਤ ਦੇ ਨਾਲ ਤੂੰ ਇਸ ਕਰੋਨਾ ਮਹਾਂਮਾਰੀ ਨੂੰ ਪੂਰੀ ਦੁਨੀਆ 'ਚੋਂ ਖਤਮ ਫਰਮਾ ਦੇ। ਬਿਲਕੁਲ, ਸਾਡੇ ਕੁਝ ਹੋਰ ਵੀ ਨਾ ਗੱਲ, ਕੀ ਨਾਮ ਹੈ? ਅਬਦੁਲ ਵਾਹਿਦ। ਅਬਦੁਲ, ਅੱਜ ਈਦ ਅਦਾ ਕਰਨ ਆਏ ਹੋ ਤਾਂ ਕੀ ਕਹਿਣਾ? ਅੱਬੂ ਅੰਮੀ ਨੇ ਕੋਈ ਦਿੱਤਾ ਨਹੀਂ ਅੱਜ ਤੋਹਫਾ? ਨਹੀਂ ਦਿੱਤਾ? ਹਾਂਜੀ ਦਿੱਤਾ ਜੀ, ਪੈਸੇ ਹੀ ਦਿੱਤੇ ਨੇ ਜੀ ਉਹਨਾਂ ਨੇ ਵੀ ਸਾਰਿਆਂ ਨੇ। ਬਸ ਤੋਹਫਾ ਇਕੱਲੇ ਇਕੱਲੇ ਰੱਖ ਲਿਆ, ਸਾਨੂੰ ਦੱਸਣੇ ਨਹੀਂ ਤੋਹਫਾ ਕੀ ਮਿਲਿਆ? ਬਿਲਕੁਲ, ਸਾਡੇ ਨਾਲ ਹੋਰ ਵੀ ਨੇ ਨਾ ਗੱਲ ਕਰਦੇ, ਕੀ ਨਾਮ ਹੈ ਜੀ? ਕਾਸਿਮ ਅਲੀ। ਅਲੀ ਜੀ, ਅੱਜ ਪਵਿੱਤਰ ਤਿਉਹਾਰ ਹੈ ਈਦ ਦਾ, ਪਿਛਲੇ ਸਾਲ ਦੇ ਮੁਕਾਬਲੇ ਗੱਲ ਕਰੀਏ ਇਸ ਵਾਰੀ ਜੋ ਰੌਣਕ ਹੈ ਉਹ ਠੰਡੀ ਲੱਗ ਰਹੀ, ਕੀ ਕਹਿਣਾ? ਇਹ ਸਾਡੀ ਸੰਗਰੂਰ ਦੀ ਸ਼ਹਿਰ ਦੀ ਈਦਗਾਹ ਹੈ, ਇੱਥੇ ਪਿਛਲੇ ਸਾਲਾਂ ਤੋਂ ਬਹੁਤ ਇਕੱਠ ਹੁੰਦਾ ਸੀਗਾ, ਅੱਜ ਜੋ ਮਹਾਂਮਾਰੀ ਚੱਲ ਰਹੀ ਕਰੋਨਾ ਵਾਇਰਸ ਕਰਕੇ ਅਸੀਂ ਵੱਧ ਤੋਂ ਵੱਧ ਅਸੀਂ ਡਿਸਟੈਂਸਿੰਗ ਕਰਨ ਦੀ ਕੋਸ਼ਿਸ਼ ਕੀਤੀ, ਸੋਸ਼ਲ ਡਿਸਟੈਂਸਿੰਗ, ਔਰ ਸਰਕਾਰ ਦੀ ਗਾਈਡਲਾਈਨ ਨੂੰ ਦੇਖਦੇ ਹੋਏ ਅਤੇ ਇੱਕ ਮਹਾਂਮਾਰੀ ਅੱਗੇ ਨਾ ਵਧੇ ਇਸ ਨੂੰ ਦੇਖਦੇ ਹੋਏ ਬਹੁਤ ਹੀ ਘੱਟ ਇਕੱਠ ਕੀਤਾ ਈਦਗਾਹ ਦੇ ਵਿੱਚ, ਔਰ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਕਿਹਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਨਮਾਜ਼ ਅਦਾ ਕਰੋ। ਬਿਲਕੁਲ, ਸਾਡਾ ਈਦਗਾਹ ਦੇ ਇੰਚਾਰਜ ਨੇ ਨਾ ਗੱਲ ਕਰਦੇ ਹਾਂ, ਸਰ ਅੱਜ ਈਦ ਕਾ ਪਵਿੱਤਰ ਤਿਉਹਾਰ ਹੈ, ਕੈ ਪਹਿਲੇ ਸਾਲ ਕੀ ਬਾਤ ਕਰੇ ਕੈਸੇ ਮਨਾਤੇ ਥੇ ਔਰ ਇਸ ਵਾਰ ਜੋ ਮਨਾਈ ਗਈ ਹੈ ਉਹ ਕੈਸੇ ਮਨਾਈ ਗਈ? ਦੇਖੀਏ, ਪਹਿਲੇ ਸਾਲੋਂ ਮੇਂ ਤੋ ਈਦ ਕਾ ਤਿਉਹਾਰ ਇਹ ਚੂੰਕਿ ਪੂਰੇ ਸਾਲ ਮੇਂ ਇੱਕ ਵਾਰ ਆਤਾ ਹੈ ਤੋ ਲੋਕ ਇਕੱਠਾ ਹੋ ਕਰਕੇ ਭੀੜ ਭਾੜ ਕੇ ਸਾਥ ਇੱਕ ਦੂਸਰੇ ਕੇ ਗਲੇ ਮਿਲ ਕਰਕੇ ਮਨਾਤੇ ਥੇ, ਲੇਕਿਨ ਇਸ ਵਾਰ ਚੂੰਕਿ ਕਰੋਨਾ ਮਹਾਂਮਾਰੀ ਕੋ ਲੇਕਰ ਕੇ ਲੋਕ ਡਰੇ ਹੋਏ ਹੈ ਔਰ ਬਹੁਤ ਸਾਰੀ ਮੌਤੋਂ ਕੀ ਖਬਰੇ ਆ ਰਹੀ ਹੈ, ਤੋ ਇਸ ਲਈ ਤਮਾਮ ਮੁਸਲਿਮ ਭਾਈਚਾਰੇ ਨੇ ਵੀ ਜੋ ਹਕੂਮਤ ਕੀ ਗਾਈਡਲਾਈਨਸ ਹੈ ਉਨਕੋ ਫੋਲੋ ਕਰਤੇ ਹੋਏ ਜ਼ਿਆਦਾਤਰ ਆਪਣੇ ਆਪਣੇ ਘਰੋਂ ਪਰ ਨਮਾਜ਼ ਪੜ੍ਹਨੇ ਕਾ ਪ੍ਰਬੰਧ ਕੀਆ ਔਰ ਈਦਗਾਹ ਕੀ ਤਰਫ ਜਾਂ ਮਸਜਿਦੋਂ ਕੀ ਤਰਫ ਉਹਨੇ ਰੁਖ ਨਹੀਂ ਕੀਆ। ਕਿਆ ਕਹਿਣਾ ਚਾਹਤੀ ਈਦ ਕੇ ਪਵਿੱਤਰ ਤਿਉਹਾਰ ਪਰ ਸਭੀ ਭਾਈਚਾਰੇ ਕੋ? ਦੇਖੀਏ, ਈਦ ਕੇ ਪਵਿੱਤਰ ਤਿਉਹਾਰ ਪਰ ਮੈਂ ਸਭੀ ਭਾਈਚਾਰੇ ਕੋ ਔਰ ਆਪਣੇ ਦੇਸ਼ ਮੇਂ ਬਸਨੇ ਵਾਲੇ ਸਭੀ ਲੋਗੋ ਕੋ ਯਹੀ ਕਹਿਣਾ ਚਾਹੂੰਗਾ ਕਿ ਸਭਸੇ ਪਹਿਲੇ ਤੋ ਆਪ ਹਜ਼ਰਾਤ ਕੋ ਜੋ ਆਜ ਕਾ ਯੇ ਬਹੁਤ ਹੀ ਬਾਬਰਕਤ ਦਿਨ ਹੈ ਇਸਕੀ ਢੇਰ ਸਾਰੀ ਮੁਬਾਰਕਬਾਦੇ। ਦੂਸਰੀ ਚੀਜ਼ ਇਹ ਕਿ ਦੇਖੀਏ, ਇਸ ਮਹਾਂਮਾਰੀ ਕੀ ਨਜ਼ਾਕਤ ਕੋ ਆਪ ਸਮਝੀਏ ਔਰ ਸਮਝ ਕਰਕੇ ਜੋ ਵੀ ਬਚਾਓ ਕੇ ਤਰੀਕੇ ਆਪ ਲੋਕ ਅਪਣਾ ਸਕਤੇ ਹੈ ਉਨਕੋ ਅਪਣਾਈਏ।
सूरत हाल बहुत बिगड़ती जा रही है, बहुत नाजुक होती जा रही है। ऐसे में सरकारों की क्या जिम्मेदारी है, सरकारें खुद समझें। हमारी जो जिम्मेदारी है वो ये बनती है कि हम अपना, अपने घर वालों का, अपने आस पास पड़ोस वालों का, सबका ख्याल रखें और इस बीमारी को बढ़ावा देने में, इस बीमारी को बढ़ावा देने में रुकने से जितना ज़्यादा से ज़्यादा हम योगदान पा सकते हैं वो योगदान पाएँ। क्योंकि ये सन संगरूर ईदगाह के मुसलमान भाईचारे लोग जिन्होंने कहा कि असं सरकार ने हदायतों की पालना की है तो जो इकट्ठ है इस जगह उत्ते नहीं किया, नाल ही उन्होंने जोड़े अपने बाकी के भाईचारे लोग ने उन्होंने भी ईद मुबारकबाद दी है, तो नाल ही कहा कि जो बीमारी चल रही उस तो अपना तो अपने परिवार वासियों का बचाव करके रखो। कैमरामैन प्रिंस के नाल राजेश कोहली, सांझा टीवी, संगरूर। प्लीज सब्सक्राइब आवर चैनल एंड प्रेस द बेल आइकन ताकि कोई भी नवी अपडेट तुम बिल्कुल भी मिस ना करो।